ਬੰਗਾਲੀ ਪਾਕਲਾ ਤੇ ਸਵਾਦ ਭੋਜਨ ਅਸਲ 'ਚ ਇੱਕ ਦੂਜੇ ਲਈ ਸਮਾਨਾਰਥੀ ਹੁੰਦੇ ਨੇ। ਇਹ ਬਹੁਤ ਘੱਟ ਹੁੰਦਾ ਹੈ ਕਿ ਪੌਸ਼ਟਿਕ ਭੋਜਨ ਦਾ ਚਾਪਨ ਬੰਗਾਲੀ ਦਾਲ ਦੀਆਂ ਪਕੌੜੀਆਂ ਦੀਆਂ ਵੱਖਰੀਆਂ ਕਿਸਮਾਂ ਛੱਡਦਾ ਹੋਵੇ। ਸ਼ੰਕੂ ਦੇ ਆਕਾਰ ਦੀਆਂ ਪਕੌੜੀਆਂ 'ਚ ਇੱਠਣ ਜੋੜ ਕੇ ਵਿਸਤ੍ਰਿਤ ਢੰਗ ਨਾਲ ਸਜਾਏ ਗਏ ਡਿਜ਼ਾਈਨਰ ਪਕੌੜੀ ਨੂੰ ਗੋਇਨਾ ਬੋਰੀ ਕਹਿੰਦੇ ਨੇ। ਤਿੱਤਲੀਆਂ, ਬੱਤਕਾਂ, ਤੋਤੇ, ਮੋਰਾਂ ਤੋਂ ਲੈ ਝੁਮਕੇ ਚੂੜੀਆਂ ਵਰਗੇ ਗਹਿਣਿਆਂ ਦੀ ਥੀਮ 'ਤੇ ਤਿਆਰ ਕੀਤੀਆਂ ਗਈਆਂ ਇਹ ਡਿਜ਼ਾਈਨਰ ਪਕੌੜੀਆਂ ਦਹਾਕਿਆਂ ਤੋਂ ਅਨੇਕਾਂ ਬੰਗਾਲੀ ਪਲੇਟਾਂ 'ਤੇ ਆਪਣੀ ਮਨਮੋਹਕ ਕਲਾ ਦਰਸਾਉਂਦੀਆਂ ਨੇ। ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਪਾਕ ਕਲਾ ਦੇ ਨਾਲ ਕਲਾਤਮਕ ਵਾਲੀ ਗੋਇਨਾ ਬੋਰੀ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੀ ਪਛਾਣ ਵਾਲਾ ਇੱਕ ਵਿਲੱਖਣ ਉਤਪਾਦ ਹੈ। ਜ਼ਿਲ੍ਹੇ ਦੇ ਤਮਲੁਕ, ਮਹਿਸ਼ਾਦਲ, ਨੰਦ ਕੁਮਾਰ ਤੇ ਮੋਇਨਾ ਦੀਆਂ ਪੇਂਡੂ ਮਹਿਲਾਵਾਂ ਗੋਇਨਾ ਬੋਰੀ ਬਣਾਉਣ ਦੀਆਂ ਮੁੱਖ ਕਾਰੀਗਰ ਨੇ। ਗੋਇਨਾ ਬੋਰੀ ਬਣਾਉਣ ਦੀ ਤਿਆਰੀ ਬੰਗਾਲੀ ਮਹੀਨੇ ਕਾਰਤਿਕ 'ਚ ਦਾਲ ਦੇ ਪੇਸਟ 'ਚੋਂ ਸ਼ੁਰੂ ਹੁੰਦੀ ਹੈ, ਜਿਸ ਨੂੰ ਖਸਖਸ ਦੇ ਬੀਜਾਂ ਦੀ ਇੱਕ ਪਰਤ ਤੇ ਗਹਿਣਿਆਂ ਦੀ ਤਿੱਖ ਦਿੱਤੀ ਜਾਂਦੀ ਹੈ। ਸ਼ੁਰੂਆਤ 'ਚ ਸਥਾਨਕ ਪੁਜਾਰੀ ਆਉਂਦਾ ਤੇ ਇੱਕ ਛੋਟੇ ਸਮਾਰੋਹ ਦਾ ਆਯੋਜਨ ਹੁੰਦਾ, ਜਿਸ 'ਚ ਦੋ ਪਕੌੜੀਆਂ ਦਾ ਇੱਕ ਦੂਜੇ ਨਾਲ ਪ੍ਰਤੀਕ ਦੇ ਰੂਪ 'ਚ ਵਿਆਹ ਕਰਵਾਇਆ ਜਾਂਦਾ। আমরা দুটার সময় উঠি, দুটার সময় উঠে 45 মিনিট ডালটা বাটা হলো মেশিনে, তারপরে 3টার সময় ডাল নিয়ে এসে একজন ফাঁটছে, আমি টোপাবড়ি মশলা, আদা, জিরা, লঙ্কা, পানমৌরি সব মশলা দিয়ে মশলা বড়িটা একজন ফাঁড়লো, আমিও আবার ফেঁটে পাটাই করে দেয়া হলো, ওই 6টা পর্যন্ত দেয়া হলো। তারপরে 7টার সময় আবার নকশা বড়ি ফাঁটা হলো, নকশা বড়ি দিতে বুঝলাম। ਪੂਰਬੀ ਮੇਦਿਨੀਪੁਰ ਦੇ ਜ਼ਿਲ੍ਹਾ ਅਧਿਕਾਰੀ ਅਪਾਰਥ ਘੋਸ਼ ਨੇ ਜ਼ਿਲ੍ਹੇ ਦੇ ਇਸ ਸ਼ਿਲਪਕਾਰੀ ਦੀ ਰਵਾਇਤ ਨੂੰ ਬਚਾਏ ਰੱਖਣ ਦੀ ਪਹਿਲ ਕੀਤੀ ਹੈ। ਉਹਨਾਂ ਨੇ ਜ਼ਿਲ੍ਹੇ 'ਚ ਇਸ ਦੇ ਵਪਾਰ ਨੂੰ ਵਧਾਉਣ ਲਈ ਸੂਬੇ ਦੇ ਖੇਤੀਬਾੜੀ ਮੰਡੀਕਰਨ ਵਿਭਾਗ ਨਾਲ ਗੱਲਬਾਤ ਵੀ ਕੀਤੀ ਹੈ। আমাদের জেলায় স্বনির্ভর গোষ্ঠীর যারা মহিলা আছেন এবং অন্যান্যরাও অনেক মহিলা এই কাজের সাথে যুক্ত আছেন, তারা গয়না বড়ি তৈরি করেন। আমরা এখন একটা কাজ এগোচ্ছি, সেটা হচ্ছে কৃষি বিপণন দপ্তর তারা রাজি হয়েছেন, তাদের যে সুফল বাংলা স্টল আছে গোটা রাজ্য জুড়ে, সেই সুফল বাংলা স্টলের মাধ্যমে গয়না বড়ি তারা বিক্রি করতে রাজি হয়েছেন। তো সেক্ষেত্রে আমাদের প্রাথমিক কাজকর্মগুলো এগোচ্ছে, কিছু ডকুমেন্ট আমরা তৈরি করছি, তারপর তাদেরকে আমরা প্রস্তাব পাঠাবো এবং আশা করছি আগামী দিনে আমরা এই সুফল বাংলা স্টলের মাধ্যমে গয়না বড়ি বিক্রি করতে পারবো। प्रशासन ने हालांकि पहल की है, पर कई कारण ने कि रवायती गोइना बोरी खत्म हो रही है। कई मुश्किल हैं, पर इस उद्योग ना जुड़े लोग गोइना बोरी दी पुरानी तस्वीर ते दर्जे नु मुड़ हासिल करने की उम्मीद कर रहे ने। ब्यूरो रिपोर्ट, ईटीवी भारत। To watch 24/7 News Live, download ETV Bharat app.